ਨੂੰ ਆਖਿਆ ਵੀ ਸਾਨੂੰ ਘੂਰੀ ਦੀ ਲੋੜ ਕੋਈ ਨਹੀਂ। ਕੀ ਸਮੱਸਿਆਵਾਂ ਦੱਸੀਆਂ ਉਹਨਾਂ ਨੂੰ? ਕੀ ਕਰਦੀਆਂ, ਕੀ ਸਮੱਸਿਆ ਨਹੀਂ ਦੱਸਿਆ ਉਹਨਾਂ ਨੂੰ ਸਮੱਸਿਆਵਾਂ? ਮੈਂ ਦੱਸਿਆ, ਉਹ ਸੁਣਦਾ ਵਾ। 15 ਅਗਸਤ ਪੂਰੇ ਦੇਸ਼ ਭਰ 'ਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੇ ਤਹਿਤ ਹੀ ਮੋਗਾ 'ਚ ਵੀ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿੱਥੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਝੰਡਾ ਲਹਿਰਾ ਕੇ ਰਸਮ ਅਦਾ ਕੀਤੀ। ਉੱਥੇ ਹੀ ਸੁਤੰਤਰਤਾ ਸੰਗਰਾਮੀ ਪਰਿਵਾਰ ਦੀ ਇੱਕ ਮਹਿਲਾ ਨੇ ਮਨਪ੍ਰੀਤ ਬਾਦਲ ਖਿਲਾਫ ਜੰਮ ਕੇ ਭੜਾਸ ਕੱਢੀ। ਇਹ ਕੌਣ ਸੀਗੇ? ਇਹ ਮੇਰੇ ਜੇਠ ਹੈ ਜੀ। ਤੁਹਾਡੇ ਜੇਠ ਨੇ? ਹਾਂਜੀ, ਜਦੋਂ ਮੇਰਾ ਹਸਬੈਂਡ 7 ਸਾਲ ਦੀ ਸਰਵਿਸ ਕਰਦਾ ਸੀ, ਜਦੋਂ ਮਾਂ ਪਿਓ ਦੇ ਨਾਮ 'ਚ ਕਟਵਾ ਲਈ ਸਾਂਭਣ ਦੇ ਮਾਰਿਆ ਨਹੀਂ। 76 ਤੋਂ ਬਾਅਦ ਸਰਕਾਰ ਵੱਲੋਂ ਕੁਛ ਨਹੀਂ ਮਿਲਿਆ? ਨਾ ਜੀ, ਨਾ ਤਾਂ ਸਾਨੂੰ ਬਾਪੂ ਦਾ ਮਿਲਿਆ, ਬਾਈ ਦਾ ਤਾਂ ਮਿਲਣਾ ਜੀ। ਨਾ ਪੈਨਸ਼ਨ ਮਹੀਨਾ ਬਾਪੂ 2 ਤਰੀਕ ਨੂੰ ਮਿਲਿਆ, ਅਤੇ ਉਹ ਪੈਨਸ਼ਨ ਤਾਂ ਮਹੀਨੇ ਦੀ ਉਵੇਂ ਹੀ ਖੜੀ ਆ। ਅਤੇ ਅੱਜ ਕੀ ਗੱਲ ਹੋਈ ਜੀ ਇੱਥੇ? ਅੱਜ ਮੈਂ ਮਨਪ੍ਰੀਤ ਨੂੰ ਆਖਿਆ ਵੀ ਸਾਨੂੰ ਘੂਰੀ ਦੀ ਲੋੜ ਕੋਈ ਨਹੀਂ, ਠੀਕ ਹੈ ਨਾ ਗੱਲ, ਜਿਹੜੀ ਸਾਡੇ ਘਰ ਦੀਆਂ ਸਮੱਸਿਆ ਉਹ ਹੱਲ ਕਰ। ਕੀ ਸਮੱਸਿਆਵਾਂ ਦੱਸੀਆਂ ਉਹਨਾਂ ਨੂੰ? ਕੀ ਕਰਦੀਆਂ, ਕੀ ਸਮੱਸਿਆ ਨਹੀਂ ਦੱਸਿਆ ਉਹਨਾਂ ਨੂੰ ਸਮੱਸਿਆਵਾਂ? ਮੈਂ ਦੱਸਿਆ, ਉਹ ਸੁਣਦਾ ਵਾ। ਜੇ ਕੀ ਕਹਿ ਕੇ ਗਏ ਤੁਹਾਨੂੰ ਹੁਣ ਉਹ ਜਾਣ ਲੱਗੇ? ਸਾਨੂੰ ਕਹਿੰਦੇ ਸੁਣਾਂਗੇ ਲੈ, ਅੱਜ ਹੀ ਮੌਕਾ ਸੀ ਸਾਨੂੰ ਤਾਂ। ਜਿੱਥੇ ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ, ਉੱਥੇ ਸ਼ਹੀਦਾਂ ਦੇ ਪਰਿਵਾਰ ਸਮੇਂ ਦੀਆਂ ਸਰਕਾਰਾਂ ਤੋਂ ਕਾਫੀ ਨਾਰਾਜ਼ ਦਿਖਾਈ ਦੇ ਰਹੇ ਨੇ। ਮੋਗਾ ਤੋਂ ਬਿੱਟੂ ਪੁਰਬਾ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।